ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵਾਧਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ 7 ਤੇ 8 ਮਾਰਚ ਇਹਨਾਂ ਦੋ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਲਚਲ ਪੰਜਾਬ ਵਿੱਚ ਦੇਖਣ ਨੂੰ ਮਿਲੇਗੀ ਸੋ ਪਹਿਲਾਂ ਤਾਂ ਆ ਜ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਸਵੇਰ ਦੇ ਲਗਭਗ 7:30 ਦੇ ਆਸ-ਪਾਸ ਸਮਾਂ ਹੋ ਚੁੱਕਿਆ ਹੈ ਤਾਂ ਥੋੜੀ ਬਹੁਤ ਬੱਦਲਬਾਈ ਹਲਕੀ ਫੁਲਕੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਣੀ ਹੋਈ ਹੈ ਜਿਵੇਂ ਮਰਝਾ ਦੁਆਬਾ ਨਾਲ ਲੱਗਦੇ ਕੁਝ ਮਾਲਵੇ ਦੇ ਖੇਤਰਾਂ ਦੇ ਵਿੱਚ ਸੋ ਦੱਸਿਆ ਸੀ ਜਿਵੇਂ ਰਾਤ ਦੀ ਅਪਡੇਟ ਵਿੱਚ ਕਿ ਹਲਕਾ ਜਿਹਾ ਇੱਕ ਸਿਸਟਮ ਪੰਜਾਬ ਉੱਪਰ ਦੀ ਗੁਜਰੇਗਾ ਸੋ ਉਹਦੇ ਚੱਲਦੇ ਬੱਦਲਬਾਈ ਦਾ ਮਾਹੌਲ ਰਾਤ ਅਤੇ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਦੇਖਣ ਨੂੰ ਮਿਲੂ ਤਾਂ ਉਸੇ ਤਰ੍ਹਾਂ ਰਾਤ ਸਮੇਂ ਵੀ ਬੱਦਲਬਾਈ ਹੋਈ ਹੈ ਕੁਝ ਇੱਕ ਦੋ ਹਿੱਸਿਆਂ ਵਿੱਚ ਹਲਕੀ ਫੁਲਕੀ ਛੱਟੇ ਮੀਂਹ ਦੇ ਵੀ ਪਏ ਨੇ ਉਹ ਵੀ ਬਹੁਤ ਛੋਟੇ ਖੇਤਰਾਂ ਦੇ ਵਿੱਚ ਤੇ ਕੋਈ ਜ਼ਿਆਦਾ ਵੱਡੀ ਹਲਚਲ ਨਹੀਂ ਸੀ ਸਵੇਰ ਦੇ ਵੇਲੇ ਵੀ ਹੁਣ ਬੱਦਲਵਾਈ ਦਾ ਮਾਹੌਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਟੁੱਟਵੇਂ ਰੂਪ ਵਿੱਚ ਹਲਕਾ ਦਰਮਿਆਨਾ ਬਣਿਆ ਹੋਇਆ ਤੇ ਜਿਹੜਾ ਕੀ ਆਉਂਦੇ 1 2 3 ਘੰਟਿਆਂ ਤੱਕ ਰਹੇਗਾ ਤੇ ਉਸ ਤੋਂ ਬਾਅਦ ਮੌਸਮ ਫਿਰ ਸਾਫ਼ ਹੀ ਰਹੇਗਾ ਦਿਨ ਦਾ ਫਿਲਹਾਲ ਕੋਈ ਮੌਸਮ ਦੇ ਵਿੱਚ ਜਿਆਦਾ ਵੱਡੀ ਹਲਚਲ ਹੋਣ ਦੇ ਚਾਂਸ ਨਹੀਂ ਹਨ ਮੌਸਮ ਠੀਕ ਠਾਕ ਬਣਿਆ ਰਹੂਗਾ ਦਿਨ ਦੇ ਵੇਲੇ ਚੰਗੀ ਵਧੀਆ ਧੁੱਪ ਲੱਗੇਗੀ ਤੇ ਥੋੜੀ ਬਹੁਤ ਬੱਦਲਵਾਈ ਜ਼ਰੂਰ ਗੁਜ਼ਰ ਸਕਦੀ ਹੈ ਹਲਕੀ ਫੁਲਕੀ ਕੁਝ ਪਰ ਕੋਈ ਮੀਂਹ ਵਰਗੇ ਹਾਲਾਤ ਨਹੀਂ ਹਨ ਹਵਾ ਮੌਤਰ ਪੱਛਮ ਦਿਸ਼ਾ ਤੋਂ ਹੀ ਵਗਣਗੀ ਆ ਤੇ ਇਸ ਤੋਂ ਬਨਾ ਟੈਂਪਰੇਚਰ ਜੋ ਦਿਨ ਦਾ ਉਹ ਜ਼ਿਆਦਾ ਤੋਂ ਜ਼ਿਆਦਾ 22 ਡਿਗਰੀ ਦੇ ਆਸ-ਪਾਸ ਜਾਂ 22 ਜਾਂ 23 ਡਿਗਰੀ ਦੇ ਆਸ-ਪਾਸ ਰਹੇਗਾ। ਟੈਂਪਰੇਚਰ ਦੇ ਵਿੱਚ ਵੀ ਕੋਈ ਜ਼ਿਆਦਾ ਵੱਡੀ ਵੜੌਤੀ ਨਹੀਂ ਹੈ, ਕੋਈ ਜ਼ਿਆਦਾ ਵਾਧਾ ਨਹੀਂ ਹੈ ਕਿਉਂਕਿ ਹਲੇ ਜਿਹੜਾ ਪਿਛਲਾ ਸਿਸਟਮ ਗੁਜ਼ਰਿਆ ਉਹਦੇ ਕਰਕੇ ਬਰਫ਼ ਬਾਰੀ ਹੋਈ ਹੈ, ਕੁਝ ਗੜੇ ਮਾਰੀ ਹੋਈ ਹੈ ਤੇ ਉਸ ਦੇ ਚੱਲਦੇ ਜੋ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਥੋੜੇ ਜਿਹੇ ਠੰਡੇ ਰੂਪ ਵਿੱਚ ਚੱਲ ਰਹੀਆਂ ਜਿਦੇ ਕਰਕੇ ਟੈਂਪਰੇਚਰ ਹਾਲੇ ਕਾਬੂ ਦੇ ਵਿੱਚ ਬਣੇ ਹੋਏ ਨੇ। ਫਿਲਹਾਲ ਆਉਂਦੇ 2-4 ਦਿਨਾਂ ਵਿੱਚ ਕੋਈ ਗਰਮੀ ਜ਼ਿਆਦਾ ਵਧਣ ਦੇ ਚਾਂਸ ਨਹੀਂ ਹਨ ਟੈਂਪਰੇਚਰ ਲਗਭਗ ਇਸੇ ਤਰ੍ਹਾਂ 22-23 ਡਿਗਰੀ ਦੇ ਆਸ-ਪਾਸ ਦਿੰਦੇ ਵੱਧ ਤੋਂ ਵੱਧ ਘੁੰਮਦੇ ਰਹਿਣਗੇ ਤੇ ਕੱਲ 8 ਤਰੀਕ ਨੂੰ ਮੌਸਮ ਜ਼ਿਆਦਾ ਠੀਕ ਸਾਫ਼ ਇਹ ਦੇਖਣ ਨੂੰ ਮਿਲੂਗਾ ਚੰਗੀ ਧੁੱਪ ਲੱਗੇਗੀ ਟੈਂਪਰੇਚਰ ਲਗਭਗ ਇਸੇ ਤਰ੍ਹਾਂ 22-23 ਡਿਗਰੀ ਦੇ ਆਸ-ਪਾਸ ਵੱਧੋ-ਵੱਧ ਰਹਿਣਗੇ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਹੀ ਵਗਣਗੇ ਮੌਸਮ ਦੇ ਵਿੱਚ ਕੋਈ ਖਾਸ ਹਲਚਲ ਨਹੀਂ ਹੈ ਮੌਸਮ ਠੀਕ-ਠਾਕ ਬਣਿਆ ਰਹੇਗਾ ਕਿਸਾਨ ਵੀਰ ਜੋ ਵੀ ਮੌਸਮ ਨੂੰ ਮਤ ਧਿਆਨ ਵਿੱਚ ਰੱਖਦੇ ਹੋਏ ਆਪਣੇ ਫਸਲਾਂ ਦੀਆਂ ਗਤੀਵਿਧੀਆਂ ਨੂੰ ਪ ਕਿਉਂਕਿ ਮੌਸਮ ਦੇ ਵਿੱਚ ਕੋਈ ਬਦਲਾਅ ਫਿਲਹਾਲ ਆਉਂਦੇ ਦੋ ਚਾਰ ਦਿਨਾਂ ਤੱਕ ਯਾਨੀ ਕਿ 10-11 ਮਾਰਚ ਤੱਕ ਕੋਈ ਮੌਸਮ ਦੇ ਵਿੱਚ ਜਿਆਦਾ ਵੱਡੀ ਹਲਚਲ ਨਹੀਂ ਹੈ ਮੌਸਮ ਸਾਫ਼ ਖੁਸ਼ਕ ਹੀ ਬਣਿਆ ਰਹੇਗਾ